ਆਟੋ 'ਚ ਸਵਾਰੀਆਂ ਬਿਠਾਉਣ ਨੂੰ ਲੈ ਕੇ ਅਜਿਹੀ ਤਕਰਾਰ ਹੋਈ ਕਿ ਹਮਲਾਵਰਾਂ ਨੇ ਆਟੋ ਚਾਲਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਵਿਅਕਤੀ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਕੰਮ ਤੋਂ ਵਾਪਸ ਆ ਕੇ ਘਰ ਖਾਣਾ ਪੀਣਾ ਖਾ ਕੇ ਇਹ ਵਿਅਕਤੀ ਬਾਹਰ ਘੁੰਮਣ ਗਿਆ, ਪਰ ਇਸ ਨੂੰ ਇਕੱਲਾ ਵੇਖ ਕੇ ਹਮਲਾਵਰਾਂ ਨੇ ਇਸ ਤੇ ਹਮਲਾ ਕਰ ਦਿੱਤਾ ਅਤੇ ਤੇਜ਼ ਧਾਰ ਦਾਤਰਾਂ ਤੇ ਤਲਵਾਰਾਂ ਦੇ ਨਾਲ ਵੇਖਦੇ ਵੇਖਦੇ ਫੜ ਦਿੱਤਾ। ਵਾਰਦਾਤ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ, ਜਿਸ ਦੇ ਵਿੱਚ ਹਮਲਾਵਰ ਆਟੋ ਚਾਲਕ ਨੂੰ ਉੱਠਣ ਦਾ ਵੀ ਮੌਕਾ ਨਹੀਂ ਦੇ ਰਹੇ ਤੇ ਲਗਾਤਾਰ ਉਸ ਤੇ ਵਾਰ ਕਰਦੇ ਨਜ਼ਰ ਆਏ ਤੇ ਉਸ ਨੂੰ ਬਚਾਉਣ ਗਏ ਉਸ ਦੇ ਪੁੱਤ ਅਤੇ ਉਸ ਦੇ ਭਰਾ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਿਕ ਜਿਨ੍ਹਾਂ ਨੇ ਆਟੋ ਚਾਲਕ ਨੂੰ ਮੌਤ ਦੇ ਘਾਟ ਉਤਾਰਿਆ ਉਹ ਨਸ਼ੇੜੀ ਨੇ ਤੇ ਕਦੇ ਕਦੇ ਆਟੋ ਵੀ ਚਲਾ ਲੈਂਦੇ ਨੇ। ਮ੍ਰਿਤਕ ਦੇ ਭਰਾ ਦਾ ਕਹਿਣਾ ਕਿ ਪਹਿਲਾਂ ਵੀ ਇਨ੍ਹਾਂ ਮੁਲਜ਼ਮਾਂ ਨੇ ਉਸ ਦੇ ਭਰਾ ਨੂੰ ਧਮਕੀਆਂ ਦਿੱਤੀਆਂ ਸਨ ਮਾਰਨ ਦੀਆਂ। ਫਿਲਹਾਲ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਇਹ ਘਟਨਾ ਪਠਾਨਕੋਟ ਤੋਂ ਸਾਹਮਣੇ ਆਈ ਹੈ। ਇਹੀ ਡੈਡੀ ਫੋਨ ਕਰਦੇ ਨਾ ਡੈਡੀ ਨੂੰ, ਤਾਇਆ ਨਾਲ ਗੱਲ ਕੀਤੀ ਸੀ ਡੈਡੀ ਨੇ, ਸਾਨੂੰ ਵੀ ਘਰ ਕਈ ਵਾਰੀ ਦੱਸਿਆ ਸੀ ਡੈਡੀ ਨੇ, ਤੇ ਵਾਰ ਵਾਰ ਕਰਦੇ ਸੀ ਗੱਲਾਂ ਫੋਨ ਪਾਉਣ ਦੇ ਵਿੱਚ ਕਿ ਆ ਤੈਨੂੰ ਬਾਹਰ ਵੱਢ ਦੇਣਾ ਇਹ ਹੈ ਉਹ ਆ। ਕੰਨ ਕੀ ਸੀਗਾ? ਕੰਨ ਭਾਈ ਆਟੋ ਤੋਂ ਝਗੜਾ ਹੋਇਆ ਮਾੜਾ ਜਿਹਾ, ਉਹੀ ਜਿਹੜੀ ਗਾਹ ਗੁਗ ਤੇ ਗੱਲਬਾਤ ਹੋਈ ਹੈ, ਸਵਾਰੀਆਂ ਸਵਾਰੀਆਂ ਤੋਂ ਥੋੜ੍ਹੀ ਬਾਧੀ ਗੱਲ ਹੋਈ ਹੈ ਅਤੇ ਇਹਨਾਂ ਨੇ ਦਾਤਰ ਲੈ ਕੇ ਪੈ ਗਏ ਆ ਸਾਰੇ ਜਾਣੇ, 7-8 ਜਾਣੇ ਸੀ ਇਹ। ਇਹਨਾਂ ਕੋਲ ਕਾਰ ਹੀ ਸੀ, ਪੁਲਿਸ ਨੇ ਕਾਰ ਵੀ ਬਰਾਮਦ ਕੀਤੀ, ਕਾਰ ਵੀ ਇਹ ਚੋਰੀ ਵੀ ਲੈਂਦੀ ਪਈ ਅਤੇ 7-8 ਜਾਣੇ ਪੈ ਗਏ ਦਾਤਰ ਲੈ ਕੇ ਵੱਡੇ ਆ ਜੀ, ਹੈ ਵੀ ਇਕੱਲਾ ਜਾਣਾ ਸੀ ਡੈਡੀ ਮੇਰਾ, 7 ਜਾਣੇ ਪੈ ਗਏ। ਅਸੀਂ ਖੁਦ ਆਪਣਾ ਆਪ ਬਚਾਇਆ ਨਾ ਕੋ, ਅਸੀਂ ਮੌਕੇ ਤੇ ਛਡਾਣ ਜਦੋਂ ਗਏ ਸੀ ਨਾ ਦਾਤਰ ਲੈ ਕੇ ਵੱਡੇ ਲੱਗੇ ਸੀ ਮਾਰਨ, ਆਪਾਂ ਆਪੂ ਨਹੀਂ ਅੱਗੇ ਗਏ, ਮੈਂ ਤੇ ਮੇਰਾ ਤਾਇਆ ਪਿੱਛੇ ਖਲੋ ਗਏ ਬਸ ਚੱਲੇ ਰਹੀ ਅੱਗੇ, ਸਾਨੂੰ ਆਪਣੀ ਜਾਨ ਦੀ ਕਿਤੇ ਸਾਡੇ ਨਾ ਪੈ ਗਈ, ਨਸ਼ੇ ਕੀਤੇ ਰਹੀ ਸਰ। ਗੱਲਬਾਤ ਇਹ ਹੋਈ ਜੀ, ਮੇਰਾ ਭਰਾ ਆਟੋ ਚਲਾਉਂਦਾ ਸੀ ਜਿਹਦਾ ਨਾਂ ਸੰਨੀ ਲੰਡਾ ਕਰਕੇ ਮਸ਼ਹੂਰ ਆ, ਠੀਕ ਆ ਜੀ, ਆਪਣਾ ਮਿਹਨਤ ਕਰਦਾ ਸੀ, ਰਾਤ ਦੇ ਟਾਈਮ ਤੇ ਸਵਾਰੀ ਸੂਰੀ ਭੁਗਤਾ ਗਏ ਘਰ ਆਇਆ, ਰੋਟੀ ਪਾਣੀ ਖਾ ਕੇ ਘਰੋਂ ਇਹ ਬਾਹਰ ਨੂੰ ਜਿਲ੍ਹੇ ਗਿਆ ਤੇ ਮਹੱਲੇ ਦੇ ਮੁੰਡੇ ਆ ਉਹਨਾਂ ਨੇ ਇਕੱਲੇ ਨੂੰ ਦੇਖ ਕੇ ਇਹ 'ਤੇ ਹਮਲਾ ਕਰਤਾ, ਉਹਨਾਂ ਕੋਲ ਸ਼ਿਫਟ ਕਾਰ ਸੀ, ਕਾਰ ਉਹਨਾਂ ਨੇ ਫਟਾਫਟ ਰੋਕੀ ਆ, ਕਾਰ ਰੋਕ ਕੇ ਫਟਾਫਟ ਦਾਤਰ ਕੱਢੇ ਸੂਏ ਸੀ ਉਹਨਾਂ ਕੋਲ ਤੇ ਉਹਨਾਂ ਨੇ ਮੇਰੇ ਭਰਾ ਨੂੰ ਮਤਲਬ ਬੜੀ ਬੇਰਹਿਮੀ ਦੇ ਨਾਲ ਮਾਰਿਆ ਤੇ ਜਦੋਂ ਸਾਨੂੰ ਪਤਾ ਲੱਗਾ ਅਸੀਂ ਮੌਕੇ 'ਤੇ ਗਏ ਹਾਂ ਛਡਾਉਣ ਵਾਸਤੇ, ਸਾਨੂੰ ਵੀ ਮਤਲਬ ਕਿ ਉਹ ਬੰਦੇ ਅੱਗੋਂ ਮਾਰਨ ਨੂੰ ਫਿਰਦੇ ਸੀ, ਆਪਾਂ ਆਪ ਆਪਣੀ ਜਾਨ ਬਚਾ ਕੇ ਉੱਥੋਂ ਸਾਈਡ 'ਤੇ ਹੋ ਗਏ। ਕਾਰਨ ਸਰ ਕੋਈ ਨਹੀਂ, ਇੱਦਾਂ ਹੀ ਮਾੜੀ ਮੋਟੀ ਸਵਾਰੀ ਆਟੋ ਚਲਾਉਂਦੇ, ਮਾੜੀ ਮੋਟੀ ਗੱਲਬਾਤ ਹੋਈ ਆ ਅਤੇ ਕੋਈ ਇੰਨੀ ਵੱਡੀ ਕੋਈ ਰੰਜਿਸ਼ ਨਹੀਂ, ਕੋਈ ਇੱਦਾਂ ਦੀ ਕੋਈ ਦੁਸ਼ਮਣੀ ਨਹੀਂ ਕਿ ਜਿੱਦਾਂ ਕੋਈ ਬੜਾ ਪੁਰਾਣਾ ਸਿਸਟਮ ਚੱਲਦਾ ਬੰਦੇ ਦਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਮੇਰਾ ਭਰਾ ਮਿਹਨਤ ਕਰਦਾ ਪਿਆ ਜੀ, ਛੋਟੇ ਛੋਟੇ ਉਹਦੇ ਬੱਚੇ ਨਹੀਂ ਸਰ, ਐਸੀ ਕੋਈ ਗੱਲ ਨਹੀਂ ਹੋਈ, ਇਹ ਤੇ ਜਿੰਨੀਆਂ ਮਰਜ਼ੀ ਖਬਰਾਂ ਲੋਕੀ ਡਾਲ, ਸਲੀਅਤ ਗੱਲ ਇਹੀ ਆ ਕਿ ਆਟੋ ਦੀ ਸਵਾਰੀ ਦੀ ਕੋਈ ਗੱਲਬਾਤ ਮਾੜੀ ਮੋਟੀ ਹੋਈ ਆ, ਇੱਦਾਂ ਬਹਿਸੋ ਬਹਿਸੀ ਹੋਈ ਆ, ਉਸ ਤੋਂ ਬਾਅਦ ਨਾ ਉਹਨੇ ਕੋਈ ਦਿਲ ਤੇ ਗੱਲ ਲਈ ਕਿ ਮੈਨੂੰ ਇੱਦਾਂ ਹੋਏਗਾ ਉੱਦਾਂ ਹੋਏਗਾ, ਬਟ ਉਹਨੇ ਮੈਨੂੰ ਇੰਨੀ ਗੱਲ ਦਾ ਮੈਸੇਜ ਜ਼ਰੂਰ ਦਿੱਤਾ ਕਿ ਭਾ ਮੈਂ ਹੁਣ ਸੁਧਰਿਆ, ਮੈਂ ਆਟੋ ਚਲਾਉਣਾ, ਮੈਂ ਆਪਣੇ ਕੰਮ ਨਾਲ ਮਤਬਰ ਰੱਖਦਾ, ਮੈਨੂੰ ਆਹ 3-4 ਮੁੰਡੇ ਆ ਜਿਹੜੇ ਮੱਕੀ ਮੈਨੂੰ ਜੀ ਨਹੀਂ ਦੇ ਰਹੇ। ਮੇਰੇ ਨਾਲ ਉਹਨੇ ਗੱਲ ਸ਼ੇਅਰ ਕੀਤੀ ਆ, ਉਹਦਾ ਬੇਟਾ ਇੱਥੇ ਆਪਣਾ ਐਂ ਲੱਗੇ, ਇਹਨੂੰ ਵੀ ਉਹਨੇ ਦੱਸਿਆ ਇਹ ਭਤੀਜਾ ਮੇਰਾ,
ਇਹਨੂੰ ਵੀ ਦੱਸਿਆ ਕਿ ਇਸ ਤਰ੍ਹਾਂ ਗੱਲਬਾਤ ਹੈਗੀ ਆ ਤੇ ਮੈਨੂੰ ਮਤਲਬ ਕਿ ਇਹ ਮਾਰਨ ਨੂੰ ਫਿਰਦੇ ਪਏ ਆ। ਠੀਕ ਆ ਜੀ, ਇਹ ਗੱਲ ਦੱਸਣ ਤੋਂ ਬਾਅਦ ਪਰਸੋਂ ਗੱਲਬਾਤ ਇਹ ਹੋਈ ਆ ਆਪਣਾ 3 ਤਰੀਕ ਸਾਨੂੰ ਸ਼ਾਮ ਨੂੰ ਦੱਸਿਆ ਜੀ ਕਿ ਮੇਰੇ ਨਾਲ ਇੱਦਾਂ ਦੀ ਘਟਨਾ ਮਤਲਬ ਕਿ ਹੋ ਰਹੀ ਆ। ਪੁਲਿਸ ਨੇ ਸਰ ਦਿੱਤਾ ਸਾਡਾ ਸਾਥ,